ਪਿਛਲੇ ਦਿਨੀ ਮਾਈਨਿੰਗ ਦੇ ਦੋਸ਼ਾਂ ਹੇਠ ਦਿੱਤੇ ਪਰਚੇ ਵਿਰੁੱਧ ਸੰਘਰਸ਼ 'ਤੇ ਬੈਠੇ ਪੁਲਿਸ ਚੌਂਕੀ ਪਥਰਾਲਾ ਅੱਗੇ ਜੇਸੀਬੀ ਮਾਲਕਾਂ ਅਤੇ ਕਿਸਾਨਾਂ ਨੇ 23 ਤਰੀਕ ਨੂੰ ਟਰੈਕਟਰ ਟਰਾਲੀਆਂ ਅਤੇ ਜੇਸੀਬੀ ਮਸ਼ੀਨਾਂ ਲਿਜਾ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦਾ ਕੀਤਾ ਵੱਡਾ ਐਲਾਨ। ਦੱਸ ਦਈਏ ਕਿ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ 'ਤੇ ਪੁਲਿਸ ਚੌਂਕੀ ਪਥਰਾਲਾ ਵੱਲੋਂ ਪਿੰਡ ਜੱਸੀ ਬਾਗਵਾਲੀ ਕੋਲ ਨਜਾਇਜ਼ ਮਾਈਨਿੰਗ ਦੇ ਦੋਸ਼ਾਂ ਹੇਠ ਕਿਸਾਨਾਂ ਅਤੇ ਜੇਸੀਬੀ ਮਾਲਕਾਂ 'ਤੇ ਪਰਚਾ ਦਰਜ ਕੀਤਾ ਗਿਆ ਸੀ, ਜਿਸ ਦੇ ਰੋਸ ਵਜੋਂ 10 ਜੂਨ ਤੋਂ ਜੇਸੀਬੀ ਮਾਲਕਾਂ ਅਤੇ ਕਿਸਾਨਾਂ ਵੱਲੋਂ ਪੁਲਿਸ ਚੌਂਕੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਜਾਣਕਾਰੀ ਦਿੰਦੇ ਹੋਏ ਜੇਸੀਬੀ ਯੂਨੀਅਨ ਦੇ ਪ੍ਰਧਾਨ ਭਜਨ ਲਾਲ ਅਤੇ ਯੂਨੀਅਨ ਮੈਂਬਰਾਂ ਨੇ ਕਿਹਾ ਹੈ ਕਿ ਜੋ ਪਰਚਾ ਮਾਈਨਿੰਗ ਵਿਭਾਗ ਵੱਲੋਂ ਦਿੱਤਾ ਗਿਆ ਹੈ ਇਹ ਬਿਲਕੁਲ ਹੀ ਝੂਠਾ ਹੈ। ਉਹਨਾਂ ਕਿਹਾ ਹੈ ਕਿ ਕਿਸਾਨ ਆਪਣੇ ਖੇਤ ਵਿੱਚੋਂ ਮਿੱਟੀ ਚੁੱਕ ਕੇ ਜ਼ਮੀਨ ਪੱਧਰ ਕਰ ਰਿਹਾ ਸੀ, ਲੇਕਿਨ ਵਿਭਾਗ ਵੱਲੋਂ ਇਸ ਨੂੰ ਮਾਈਨਿੰਗ ਦੱਸ ਕੇ ਇਹ ਪਰਚਾ ਦਰਜ ਕਰ ਦਿੱਤਾ ਗਿਆ। ਉਹਨਾਂ ਕਿਹਾ ਹੈ ਕਿ ਸਾਡੇ ਵੱਲੋਂ ਇਸ ਪਰਚੇ ਨੂੰ ਰੱਦ ਕਰਵਾਉਣ ਲਈ ਪਿਛਲੀ 10 ਤਰੀਕ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਲੇਕਿਨ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਮੇਰਾ ਨਾਮ ਜੀ ਭਜਨ ਲਾਲ ਹੈ, ਔਰ ਇੱਥੇ ਅਸੀਂ 10 ਤਰੀਕ ਤੋਂ ਧਰਨੇ 'ਤੇ ਬੈਠੇ ਹਾਂ। ਜੋ ਕਿ ਸਾਡੇ ਇੱਕ ਭਾਈ ਹੈ ਜਿਹਦੇ ਕੋਲ ਮਸ਼ੀਨ ਹੈ ਜੱਸੀ ਪਿੰਡ ਤੋਂ, ਉਹ ਆਪਦੇ ਖੇਤ 'ਚ ਮਿੱਟੀ ਦੀ ਉਲਟ ਪੁਲਟ ਕਰ ਰਿਹਾ ਸੀਗਾ, ਜਿਹਨੂੰ ਮਾਈਨਿੰਗ ਦਾ ਰਾਜਨੀਤਿਕ ਰੰਜਿਸ਼ ਕਰਕੇ ਮਾਈਨਿੰਗ ਦਾ ਰੂਪ ਦਿੱਤਾ ਗਿਆ। ਤਾਂ ਅਸੀਂ ਉਹਦੇ ਪ੍ਰੋਟੈਸਟ 'ਚ ਬੈਠੇ ਹਾਂ, ਧਰਨੇ 'ਤੇ ਬੈਠੇ ਹਾਂ ਵੀ ਉਹਦਾ ਕੋਈ ਹੱਲ ਕੀਤਾ ਜਾਵੇ, ਸਰਕਾਰ ਵੱਲੋਂ ਉਹ ਪਰਚਾ ਰੱਦ ਕੀਤਾ ਜਾਵੇ। ਜੇਕਰ ਤੁਹਾਡੀ ਕੋਈ ਸਰਕਾਰ ਦੇ ਅਧਿਕਾਰੀ ਜਾਂ ਸਰਕਾਰ ਤੁਹਾਡੀ ਗੱਲਬਾਤ ਨਹੀਂ ਸੁਣਦਾ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ? ਸਾਡਾ ਅਗਲਾ ਐਕਸ਼ਨ ਤਾਂ ਇਹ ਹੈ ਜੀ, ਅਸੀਂ ਮੰਗ ਪੱਤਰ ਦੇਵਾਂਗੇ ਡੀ ਸਾਹਿਬ ਨੂੰ, ਇਕੱਠੇ ਹੋ ਕੇ ਜੇਸੀਬੀ ਟਰੈਕਟਰ ਵਗੈਰਾ ਲੈ ਕੇ ਅਸੀਂ ਆਪਦਾ ਮੰਗ ਪੱਤਰ ਪਹੁੰਚਾਵਾਂਗੇ ਡੀ ਸਾਹਿਬ ਨੂੰ। ਅਤੇ ਮੰਨ ਲਾ ਵੀ ਹੁਣ ਤੁਸੀਂ ਇਸ ਟਾਈਮ ਜਿਹੜੇ ਬੈਠੇ ਹੋ ਚੌਂਕੀ ਦੇ ਮੇਰੇ, ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰ ਰਹੇ ਹੋ? ਸਰਕਾਰ ਤੋਂ ਆਹੀ ਮੰਗ ਕਰਦੇ ਹਾਂ ਜੀ, ਸਰਕਾਰ ਅੱਗੇ ਬੇਨਤੀ ਹੈ ਸਾਡੀ ਵੀ ਇਹ ਪਰਚਨ ਰੱਦ ਕੀਤਾ ਜਾਵੇ। ਅਤੇ ਸਾਰੇ ਕੀਰਤੀ ਲੋਕ ਨੇ ਇਹ ਬੇਰੁਜ਼ਗਾਰ ਹੋਏ ਬੈਠੇ ਨੇ, ਹਰੇਕ ਮਸ਼ੀਨ ਦੀ ਕਿਸ਼ਤ ਆਉਂਦੀ ਹੈ, ਟਰੈਕਟਰਾਂ ਦੀ ਕਿਸ਼ਤ ਹੈ, ਹਰ ਕੋਈ ਆਪਦਾ ਰੁਜ਼ਗਾਰ ਚਲਾ ਰਿਹਾ, ਕੋਈ ਟਰੈਕਟਰ ਦੇ ਜ਼ਰੀਏ ਕੋਈ ਮਸ਼ੀਨ ਦੇ ਜ਼ਰੀਏ, ਤਾਂ ਉਹਨਾਂ ਨੂੰ ਉਸਨੂੰ ਰੱਦ ਕੀਤਾ ਜਾਵੇ ਅਤੇ ਸਾਰੇ ਲੋਕ ਆਪੋ ਆਪਦੇ ਕੰਮ ਧੰਦੇ ਲੱਗਣ ਅਤੇ ਆਪਦਾ ਕਾਰੋਬਾਰ ਚਲਾਉਣ। ਮੰਨ ਲਓ ਵੀ ਤੁਹਾਨੂੰ ਇੱਥੇ ਬੈਠਿਆਂ ਨੂੰ ਲਗਭਗ 10-15 ਦਿਨ ਹੋ ਚੁੱਕੇ ਹੈ, ਅਗਰ ਤੁਹਾਡੇ ਵੀ ਤੁਸੀਂ ਮੰਗ ਪੱਤਰ ਦੇ ਰਹੇ ਹੋ ਡੀ ਸੀ ਸਾਹਿਬ ਨੂੰ, ਅਗਰ ਤੁਹਾਡੀ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ, ਉਸ ਤੋਂ ਬਾਅਦ ਕੋਈ ਤੁਸੀਂ ਪ੍ਰੋਗਰਾਮ ਉਲੀਕ ਰਹੇ ਹੋ ਆਪਦਾ? ਉਹ ਅੱਗੇ ਦਾ ਪ੍ਰੋਗਰਾਮ ਹੈ ਜੀ, ਉਹ ਅੱਗੇ ਅਸੀਂ ਆਪਦਾ ਬੈਠ ਕੇ ਮੀਟਿੰਗ 'ਚ ਅਤੇ ਅੱਗੇ ਦਾ ਫੈਸਲਾ ਅੱਗੇ ਲਵਾਂਗੇ ਵੀ ਅੱਗੇ ਕੀ ਕਰਨਾ ਹੈਗਾ। ਹਜੇ ਤੱਕ ਕੋਈ ਅਧਿਕਾਰੀ ਜਿਨ੍ਹਾਂ ਨੇ ਤੁਹਾਡਾ ਪਰਚਾ ਕੱਟਿਆ ਜਾਂ ਕੋਈ ਜ਼ਿਲ੍ਹੇ ਦੇ ਸੰਬੰਧਿਤ ਅਧਿਕਾਰੀ ਆ ਕੇ ਤੁਹਾਡੀ ਕਿਸੇ ਨੇ ਗੱਲਬਾਤ ਸੁਣੀ ਹੈ ਅੱਜ ਤੱਕਰ? ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ, ਕਿਸੇ ਤਰੀਕੇ ਦੇ ਕੋਈ ਅਧਿਕਾਰੀ ਨਹੀਂ ਆਇਆ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਅਸੀਂ ਬਹੁਤ ਪਰੇਸ਼ਾਨ ਹੈ ਇਸ ਗੱਲ ਤੋਂ। ਅਸੀਂ ਕਹਿੰਦੇ ਹਾਂ ਵੀ ਸਰਕਾਰ ਹੈ, ਸਰਕਾਰ ਹਮੇਸ਼ਾ ਪਰਜਾ ਲਈ ਹੁੰਦੀ ਹੈ, ਸਰਕਾਰਾਂ ਨੂੰ ਸੁਣਨਾ ਚਾਹੀਦਾ, ਜੋ ਵੀ ਕੋਈ ਪਰਜਾ 'ਚ ਤੰਗੀ ਹੈ ਜਾਂ ਕੁਛ ਵੀ ਹੈ ਜਾਂ ਪਰਜਾ ਉਸ 'ਤੇ ਕੋਈ ਦਿੱਕਤ ਆਉਂਦੀ ਹੈ ਤਾਂ ਸਰਕਾਰਾਂ ਨੂੰ ਇਸ ਗੱਲ ਨੂੰ ਸੁਣਨਾ ਚਾਹੀਦਾ ਹੈਗਾ। ਕਾਰਨ ਤਾਂ ਦੇਖੋ ਜੀ ਇਹ ਹੈ ਜੀ, ਸਾਨੂੰ ਅੱਜ 10-12 ਦਿਨ ਹੋ ਗਏ ਇੱਥੇ ਧਰਨੇ 'ਤੇ ਬੈਠਿਆਂ ਨੂੰ, ਬੈਠੇ ਇਸ ਕਰਕੇ ਆ, ਇੱਕ ਮੁਲਾਜ਼ਮ ਨੇ ਮੈਨਿੰਗ ਅਫਸਰ ਨੇ ਆ ਕੇ ਬਿਨਾਂ ਸੋਚੇ ਸਮਝੇ ਝੂਠਾ ਪਰਚਾ ਪਾਤਾ, ਠੀਕ ਆ, ਜਿਸ ਕਰਕੇ 2000 ਬੰਦੇ ਦਾ ਰੁਜ਼ਗਾਰ ਖੁੱਸ ਗਿਆ, ਉਹ ਇਸ ਟਾਈਮ ਚੌਂਕੀ ਦੇ ਮੂਹਰੇ ਬੈਠਾ, ਠੀਕ ਆ। ਸਰਕਾਰ ਆਖ ਰਹੀ ਆ ਕਿ ਤੁਹਾਨੂੰ ਅਸੀਂ ਰੁਜ਼ਗਾਰ ਦੇਵਾਂਗੇ, ਜੇ ਉਹ ਅਸੀਂ ਰੁਜ਼ਗਾਰ ਅਪਣਾਇਆ ਉਹ ਸਾਥੋਂ ਖੋ ਰਹੀ ਆ। ਹੁਣ ਦੱਸੋ ਜੀ ਅਸੀਂ ਕਿੱਧਰ ਨੂੰ ਜਾਈਏ? ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡਾ ਇਨਸਾਫ ਕੀਤਾ ਜਾਵੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ। ਬਾਈ ਜੀ ਸਾਡੇ ਇੱਥੇ ਨਾ ਮੈਨਿੰਗ ਦੇ ਨਜਾਇਜ਼ ਪਰਚੇ ਪਾਏ ਗਏ ਆ ਜੇਸੀਬੀ 'ਤੇ, 3 ਬੰਦਿਆਂ 'ਤੇ, 1 ਟਰੈਕਟਰ 'ਤੇ ਜੀ। ਅਸੀਂ ਉਸ ਪਰਚੇ ਨੂੰ ਜਿਹੜਾ ਨਜਾਇਜ਼ ਪਾਏ ਹੋਏ ਆ ਉਹ ਰੱਦ ਕੀਤੇ ਜਾਣ ਜੀ।